ਆਪਣਾ ਸੁਰੂ ਇੰਟਰਨੈਸ਼ਨਲ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਇਸ ਚੈਨਲ ਦੇ ਉੱਤੇ ਅੱਜ ਦਾ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ। ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਤੁਸੀਂ ਵੀ ਸਬਸਕ੍ਰਾਈਬ ਇਸ ਨੂੰ ਕਰ ਸਕਦੇ ਹੋ। ਚੱਲਦੇ ਹਾਂ ਆਪਣੀ ਪਹਿਲੀ ਖ਼ਬਰ ਦੇ ਉੱਤੇ। ਇਟਲੀ ਦੇ ਵਿੱਚ ਜਿਹੜੀ ਸਮਾਲ ਪਾਕਸ ਮੌਕੀ ਪਾਕਸ ਜਿਹਨੂੰ ਤੁਸੀਂ ਕਹਿੰਦੇ ਹੋ ਉਹਦੇ ਜਿਹੜੇ ਕੇਸ ਹਨ ਜੀ ਕਨਫਰਮ ਜਿਹੜੇ ਕੇਸ ਹਨ ਉਹਦੀ ਗਿਣਤੀ ਕਾਫੀ ਵੱਧ ਚੁੱਕੀ ਹੈ। ਤਕਰੀਬਨ ਜਿਸ ਨੂੰ ਆਪਾਂ ਟੈਲੀਪਾਸ਼ਾ ਦੇ ਵਿੱਚ ਵੇਖ ਲੋ ਸ਼ੀਮੀ ਕਹਿੰਦੇ ਆ 14 ਜਿਹੜੇ ਕਾਜ਼ੀ ਕੋਨ ਫਰਮਾਤੀ ਇਨਤਾਲੀਆਂ ਹੋ ਚੁੱਕੀਆਂ ਹਨ ਜੀ ਮਤਲਬ ਜਿਹੜੇ ਕਨਫਰਮਡ ਕੇਸ 714 ਇਟਲੀ ਦੇ ਵਿੱਚ ਇਹਦੇ ਵਿੱਚ 56 ਕੇਸਾਂ ਦਾ ਇੱਕ ਹਫਤੇ ਦੇ ਵਿੱਚ ਵਾਧਾ ਹੋਇਆ ਹੈ ਇਹ ਆਪਾਂ ਜਿਹੜੇ ਮੌਨਕੀ ਪੋਕਸ ਦੀ ਆਪਾਂ ਗੱਲ ਕਰ ਰਹੇ ਹਾਂ ਕੋਵਿਡ ਦਾ ਇਸ ਨਾਲ ਕੋਈ ਵੀ ਸਬੰਧ ਨਹੀਂ ਹੈ ਨਾਲ ਦੇ ਹੱਥ ਤੁਹਾਨੂੰ ਇਹ ਵੀ ਦੱਸ ਜੀ ਕਿ ਕੋਵਿਡ ਦੇ ਵੀ 35360 ਕੇਸ ਨਵਾਂ ਆਇਆ ਹੈ ਤੇ 134 ਲੋਕਾਂ ਦੀ ਮੌਤ ਹੋਈ ਹੈ ਇਟਲੀ ਦੀਆਂ ਬਾਕੀ ਖਬਰਾਂ ਦੱਸਣ ਤੋਂ ਪਹਿਲਾਂ ਤੁਹਾਨੂੰ ਇੰਗਲੈਂਡ ਦੇ ਨਾਲ ਸੰਬੰਧਿਤ ਇੱਕ ਜਿਹੜੀ ਖਬਰ ਹੈ ਜੀ ਦੱਸਣੀ ਜ਼ਰੂਰੀ ਹੈ ਕੁਝ ਲੋਕ ਪਹਿਲਾਂ ਇੰਡੀਆ ਦੇ ਵਿੱਚ ਲੋਕ ਮਜ਼ਾਕ ਕਰਦੇ ਸਨ ਜਿਹੜੇ ਗੋਰੀ ਲੋਕ ਹੁੰਦੇ ਸਨ ਉਹ ਕਹਿੰਦੇ ਸਨ ਕਿ ਤੁਹਾਡੇ ਇੰਡੀਆ ਦੇ ਵਿੱਚ ਕਾਫੀ ਜਿਹੜੀ ਗਰੀਬੀ ਚੱਲਦੀ ਹੈ ਤੇ ਲੋਕਾਂ ਦਾ ਜੀਵਨ ਪੱਧਰ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈ ਇੱਥੇ ਉਹਨਾਂ ਨੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਆਬਾਦੀ ਹੈ ਜੀ ਤਕਰੀਬਨ 140 ਕਰੋੜ ਤੋਂ ਜ਼ਿਆਦਾ ਹੈ ਜੇ ਆਪਾਂ ਗੱਲ ਕਰੀਏ ਇੰਗਲੈਂਡ ਦੀ ਤੇ ਇੰਗਲੈਂਡ ਦੇ ਵਿੱਚ ਆਬਾਦੀ ਕਿੰਨੀ ਹੋਏਗੀ 7-8 ਕਰੋੜ ਦੇ ਆਸ-ਪਾਸ ਇਟਲੀ ਦੇ ਵਿੱਚ 6 ਕਰੋੜ ਦੇ ਆਸ-ਪਾਸ ਹੁਣ ਇੰਗਲੈਂਡ ਦੇ ਵਿੱਚ ਇੰਨੀ ਘੱਟ ਆਬਾਦੀ ਹੋਣ ਦੇ ਬਾਵਜੂਦ ਵੀ ਥੋੜਾ ਜਿਹਾ ਜਿਹੜਾ ਉ ਜਿਦਾਂ ਕਿ ਇਨਫਲੇਸ਼ਨ ਜਿਹੜੀ ਜਿਸ ਨੂੰ ਆਪਾਂ ਇਨਫਲੇਸ਼ਨ ਵੀ ਕਹਿੰਦੇ ਹਾਂ ਜਦੋਂ ਇਸ ਨੇ ਆਪਣਾ ਰੰਗ ਦਿਖਾਇਆ ਇਸ ਨੇ ਰੰਗ ਕਿਉਂ ਦਿਖਾਇਆ ਕਿਉਂਕਿ ਯੂਕਰੇਨ ਦੀ ਜਿਹੜੀ ਰੂਸ ਦੇ ਨਾਲ ਜੰਗ ਲੱਗੀ ਸੀ ਉਹਦਾ ਜਿਹੜਾ ਅਸਰ ਇਹਨਾਂ ਦੇਸ਼ਾਂ ਦੇ ਉੱਤੇ ਵੀ ਸੁਭਾਵਿਕ ਤੌਰ ਤੇ ਪੈਣਾ ਸੀ ਉਹਦੇ ਨਾਲ ਜਿਹੜਾ ਇਸ ਚੀਜ਼ ਨੇ ਅਸਰ ਦਿਖਾਇਆ ਉਹਦੇ ਨਾਲ ਕੀ ਹੋਇਆ ਕਿ એનર્ਜੀ ਦੀ ਕੋਸਟ ਵਗੈਰਾ ਵਧਣ ਦੇ ਨਾਲ ਜਿਹੜੇ ਬਿੱਲ ਵਗੈਰਾ ਸਨ ਇੰਗਲੈਂਡ ਦੇ ਵਿੱਚ ਉਹਨਾਂ ਦਾ ਰੇਟ ਜਿਹੜਾ ਬਹੁਤ ਜ਼ਿਆਦਾ ਵਧ ਗਿਆ ਜਿਹਦੇ ਨਾਲ ਹੁਣ ਇੰਗਲੈਂਡ ਦੇ ਵਿੱਚ ਕੀ ਹੋ ਰਿਹਾ ਕਿ 1 ਲੱਖ ਜਿਹੜੀ ਲੋਕ ਹਨ ਜੀ ਉੱਥੋਂ ਦੇ ਜਿਹੜੇ ਵਸਨੀਕ ਹਨ ਇੱਕ ਪ੍ਰੋਟੈਸਟ ਕਰ ਪ੍ਰੋਟੈਸਟ ਵਿੱਚ ਕੀ ਕੀਤਾ ਜਾ ਰਿਹਾ ਹੈ ਕਿ ਅਸੀਂ ਜਿਹੜੇ ਬਿੱਲ ਹੈ ਜੀ ਨਹੀਂ ਦੇਵਾਂਗੇ ਇਹ ਹਾਲ ਹੋ ਚੁੱਕਾ ਹੈ ਜੀ ਯੂਕੇ ਦੇ ਵਿੱਚ ਲੋਕਾਂ ਦਾ ਚਲਦੇ ਹਾਂ ਜੀ ਆਪਣੇ ਨੈਕਸਟ ਅਪਡੇਟ ਤੇ ਨੈਕਸਟ ਅਪਡੇਟ ਜਿਹੜਾ ਆਪਣਾ ਇਟਲੀ ਦੇ ਨਾਲ ਸੰਬੰਧਿਤ ਹੈ ਇਹਦੇ ਵਿੱਚ ਇਸ ਤਰ੍ਹਾਂ ਇੱਕ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੁਝ ਜਿਹੜੇ ਗਵਰਨਮੈਂਟ ਦੇ ਵੱਲੋਂ ਨਵੇਂ ਜਿਹੜੇ ਰੂਲਸ ਵਗੈਰਾ ਬਣਾਏ ਗਏ ਸਨ ਹੁਣ ਗੱਲ ਕਰਾਂਗੇ 1 ਸਤੰਬਰ 2022 ਦੀ ਇਹਦੇ ਵਿੱਚ ਪਹਿਲਾਂ ਕੀ ਹੋਇਆ ਸੀ ਕਿ ਕੁਝ ਕੰਪਨੀਆਂ ਦੇ ਵਿੱਚ ਜਿਹੜੇ ਲੋਕਾਂ ਨੂੰ ਕੰਪਨੀਆਂ ਜਿਹੜੀਆਂ ਘਰਾਂ ਦੇ ਵਿੱਚ ਭੇਜ ਸਕਦੀਆਂ ਸਨ ਮਤਲਬ ਕਿ 스마트 ਵਰਕਿੰਗ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਕੁਝ ਇਹੋ ਜਿਹੇ ਲੋਕ ਵੀ ਸਨ ਜਿਹੜੇ ਕੰਪਿਊਟਰ ਦੇ ਥਰੂ ਆਪਣਾ ਕੰਮਕਾਰ ਵਗੈਰਾ ਇੰਟਰਨੈਟ ਦੇ ਥਰੂ ਕਰਦੇ ਸਨ ਹੁਣ ਜਿਹੜਾ ਇੱਕ ਲੇਬਰ ਦਾ ਬੰਦਾ ਹੈ ਜੀ ਉਸ ਨੂੰ ਤਾਂ ਮੁਕਾਦਾ ਉੱਥੇ ਜਾਣਾ ਹੀ ਪੈਂਦਾ ਹੈ ਕੰਮ ਦੇ ਉੱਤੇ ਕਿਉਂਕਿ ਉਸ ਦਾ ਕੋਈ ਵੀ ਕੰਮ ਜਿਹੜਾ ਹੈ ਜੀ ਆਨਲਾਈਨ ਨਹੀਂ ਹੋ ਸਕਦਾ ਜਿਹੜਾ ਬੰਦਾ ਹੱਥੀਂ ਕੰਮ ਕਰਦਾ ਹੈ ਫਿਜ਼ੀਕਲ ਤੌਰ ਤੇ ਬਾਕੀ ਜਿਹੜੇ 스마트 ਵਰਕਿੰਗ ਲੋਕ ਕਰ ਰਹੇ ਸਨ ਉਹਨਾਂ ਦੇ ਵਾਸਤੇ ਇੱਕ ਜਿਹੜੀ ਸਪੈਸ਼ਲ ਖਬਰ ਹੈ ਜੀ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਪਹਿਲੀ ਸਤੰਬਰ ਤੋਂ ਜਿਹੜਾ ਇੰਡੀਵਿਜੂਅਲ ਐਗਰੀਮੈਂਟ ਹੈ ਜੀ ਉਹਦੇ ਮਤਲਬ ਜਿਹੜੇ ਸਪੈਸ਼ਲ ਰੂਲਸ ਬਣਾਏ ਗਏ ਸਨ ਉਹ ਜਿਹੜੇ ਰੂਲ ਖਤਮ ਹੋ ਰਹੇ ਹਨ ਤੇ ਹੁਣ ਕੰਪਨੀਆਂ ਆਪਣੇ ਹਿਸਾਬ ਦੇ ਨਾਲ ਜਿੱਦਾਂ ਕਿ ਪਹਿਲਾਂ ਚੱਲਦੀਆਂ ਸਨ ਉਸੇ ਤਰ੍ਹਾਂ ਆਪਣੇ ਹਿਸਾਬ ਦੇ ਨਾਲ ਆਪਣੇ ਵਰਕਰਸ ਵਗੈਰਾ ਦੇ ਨਾਲ ਬਿਹੇਵ ਕਰ ਸਕਦੀਆਂ ਹਨ ਬਾਕੀ ਦੇ ਵਿੱਚ ਇੱਕ ਹੋਰ ਚੀਜ਼ ਵੀ ਸੌਖੀ ਕੀਤੀ ਗਈ ਹੈ ਜਿੱਦਾਂ ਕਿ ਜਿਹੜੀ ਬਿਊਰੋਕ੍ਰੇਸੀ ਹੈ ਜੀ ਨੌਕਰਸ਼ਾਈ ਘੱਟ ਕੀਤੀ ਗਈ ਹੈ ਇਹਦੇ ਵਿੱਚ ਜਿਹੜਾ ਮਾਲਕ ਹੋਏਗਾ ਜਿਸ ਨੂੰ ਆਪਾਂ এমਪਲੋਇਰ ਵੀ ਕਹਿ ਸਕਦੇ ਹਾਂ ਜਿਹੜਾ ਆਪਣਾ ਕਮਿਊਨੀਕੇਟ ਕਰੇਗਾ ਇਲੈਕਟ੍ਰੋਨਿਕਲੀ ਤਰੀਕੇ ਦੇ ਨਾਲ ਕਰ ਸਕਦਾ ਹੈ ਕਿਤੇ ਨਾਲ ਕਰ ਸਕਦਾ ਹੈ ਜਿਹੜੀ ਲੇਬਰ ਮਿਨਿਸਟਰੀ ਤੇ ਸੋਸ਼ਲ ਪੋਲਿਸੀਜ਼ ਵਗੈਰਾ ਬਣਾਉਣ ਵਾਲ ਉਨੇ ਦੇ ਨਾਲ ਹੀ ਇਲੈਕਟ੍ਰੋਨਿਕਲੀ ਤਰੀਕੇ ਦੇ ਨਾਲ ਜਿਹੜਾ ਮਾਲਕ ਹੈ ਜੀ ਕੰਟੈਕਟ ਕਰ ਸਕਦਾ ਹੈ ਇਹਦੇ ਵਿੱਚੋਂ ਨਾਮ ਵਗੈਰਾ ਜਿਹੜੇ ਵਰਕਰ ਦੇ ਨਾਮ ਹੈ ਜੀ ਉਹਨਾਂ ਨੂੰ ਦੇ ਸਕਦਾ ਹੈ ਤੇ ਵੀ ਮਾਲਕ ਦੱਸੇਗਾ ਕਿ ਇਸਨੇ ਜਿਹੜਾ ਕਦੋਂ ਕੰਮ ਸ਼ੁਰੂ ਕੀਤਾ ਸੀ ਤੇ ਕਦੋਂ ਜਿਹੜਾ ਕੰਮ ਹੈ ਜੀ ਸਮਾਰਟ ਵਰਕਿੰਗ ਖਤਮ ਹੋ ਰਹੀ ਹੈ ਇਸ ਦੀ ਚਲਦੀਆਂ ਜੀ ਨੈਕਸਟ ਖਬਰ ਦੇ ਉੱਤੇ ਨੈਕਸਟ ਖਬਰ ਆਪਣੀ ਯੂਟਿਲੀ ਦੇ ਨਾਲ ਸੰਬੰਧਿਤ ਹੈ ਇਹ ਵਿੱਚ ਲੱਗਾ ਪੈਂਦਾ ਹੈ 30 ਤੇ 30 ਤੇ ਵਿੱਚ ਕੀ ਹੋਇਆ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਦੇਖਦੇ ਸੀ ਕਿ ਧਰਤੀ ਦੇ ਥੱਲੇ ਬਹੁਤ ਵੱਡੀਆਂ-ਵੱਡੀਆਂ ਗੁਫਾਵਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਰਾਖਸ਼ੂ ਵਗੈਰਾ ਲੋਕ ਗੇ ਰਹਿੰਦੇ ਸਨ ਤੁਸੀਂ ਟੀਵੀ ਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਦੇਖੀਆਂ ਹਨ ਅਕਸਰ ਪਰੰਤੂ ਤ੍ਰਿਸਤੇ ਦੇ ਵਿੱਚ ਵੀ ਇੱਕ ਇਹੋ ਜਿਹੀ ਚੀਜ਼ ਲੱਭੀ ਹੈ ਇੱਕ ਜਿਹੜੀ ਸਪੈਸ਼ਲ ਚੀਜ਼ ਇਟਲੀ ਦੇ ਵਿੱਚ ਲੱਭੀ ਹੈ ਤ੍ਰਿਸਤੇ ਇਲਾਕੇ ਦੇ ਵਿੱਚ ਇਹਦੇ ਵਿੱਚ ਇੱਕ ਗਰੋਤਾ ਮਿਲਿਆ ਹੈ ਗਰੋਤਾ ਕੀ ਹੁੰਦਾ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਗਰੋਤਾ ਇੱਕ ਤਰ੍ਹਾਂ ਦੀ ਗੁਫਾ ਹੁੰਦੀ ਹੈ ਜੀ ਗੁਫਾ ਜਿਹੜੀ ਬਹੁਤ ਵੱਡੀ ਇਹ 350 ਮੀਟਰ ਜ਼ਮੀਨ ਦੇ ਹੇਠਾਂ ਜਾ ਕੇ ਇੱਕ ਗੁਫਾ ਮਿਲੀ ਹੈ ਇਹ ਗੁਫਾ ਦਸੀਯਾਰੀਏ ਕਿ ਇੰਨੀ ਜ਼ਿਆਦਾ ਵੱਡੀ ਹੈ ਜਿਵੇਂ ਕਿ ਇੱਕ ਫੁੱਟਬਾਲ ਦਾ ਮੈਦਾਨ ਹੁੰਦਾ ਹੈ ਤੇ ਜਿਹੜੀ ਇਸ ਗੁਫਾ ਦੀ ਉਚਾਈ ਹੈ ਉਹ ਇੰਨੀ ਜ਼ਿਆਦਾ ਹੈ ਜਿੱਦਾਂ ਕਿ ਇੱਕ 20 ਮੰਜ਼ਲਾ ਬਿਲਡਿੰਗ ਦੀ ਹਾਈਟ ਹੁੰਦੀ ਹੈ ਹੁਣ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਚੀਜ਼ ਮਿਲੀ ਹੈ ਇੱਕ ਟੂਰਿਸਟ ਪੁਆਇੰਟ ਬਣ ਜਾਵੇ ਲੋਕ ਹੋ ਸਕਦਾ ਹੈ ਕਿ ਇਸ ਨੂੰ ਦੇਖਣ ਦੇ ਵਾਸਤੇ ਦੂਰੋਂ ਦੂਰੋਂ ਆਉਣ ਤੇ ਇੱਕ ਕਮਾਈ ਦਾ ਸਾਧਨ ਵੀ ਇਹ ਚੀਜ਼ ਜਿਹੜੀ ਹੈ ਬਣ ਸਕਦੀ ਹੈ ਸੋ ਇਸ ਚੀਜ਼ ਨੂੰ ਦੇਖ ਕੇ ਲੋਕਾਂ ਨੂੰ ਹੈਰਾਨੀ ਹੋ ਰਹੀ ਹੈ ਕਿ ਪਹਿਲਾਂ ਜਿਹੜੀ ਇੰਨਾ ਸਮਾਂ ਪਹਿਲਾਂ ਇਹ ਜਿਹੜੀ ਚੀਜ਼ ਯੂਟਿਲੀ ਦੇ ਵਿੱਚ ਕਿਉਂ ਨਹੀਂ ਮਿਲੀ ਕਹਿੰਦੇ ਆ ਜੀ ਆਪਣੇ ਨੈਕਸਟ ਅਪਡੇਟ ਦੇ ਉੱਤੇ ਨੈਕਸਟ ਅਪਡੇਟ ਜਿਹੜਾ ਆਪਣਾ ਇੱਕ ਇੰਡੀਅਨ ਲੋਕਾਂ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ ਹੋਇਆ ਇਸ ਤਰ੍ਹਾਂ ਕਿ ਇੱਕ ਸੜਕ ਹਾਦਸਾ ਹੋਇਆ ਹੈ। ਇਹ ਜਿਹੜਾ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਤਿੰਨ ਭਾਰਤੀਆਂ ਦੀ ਮੌਤ ਹੋਈ ਹੈ। ਇਹ ਹਾਦਸਾ ਜਿਹੜਾ ਵਾਪਰਿਆ ਹੈ ਜਿਸ ਸਕਾਟਿਸ਼ ਹਾਈਲੈਂਡਸ ਦਾ ਇੱਕ ਇਲਾਕਾ ਪੈਂਦਾ ਹੈ ਅਰਗਿਲ। ਅਰਗਿਲ ਦਾ ਏਪਨ ਏਰੀਆ ਪੈਂਦਾ ਹੈ ਜਿੱਥੇ ਜਿਹੜਾ ਹਾਦਸਾ ਵਾਪਰਿਆ ਹੈ। ਹੋਇਆ ਇਸ ਤਰ੍ਹਾਂ ਕਿ ਚਾਰ ਦੋਸਤ ਜਿਹੜੇ ਕਿ ਛੁੱਟੀਆਂ ਮਨਾਉਣ ਦੇ ਵਾਸਤੇ ਗਏ ਹੋਏ ਸਨ। ਹਾਦਸਾ ਹੋਇਆ ਜੀ 828 ਨੰਬਰ ਹਾਈਵੇ ਇਹਦੇ ਉੱਤੇ ਹਾਦਸਾ ਹੋਇਆ ਤਿੰਨ ਦੋਸਤਾਂ ਦੀਆਂ ਵਿੱਚ ਮੌਤ ਹੋ ਚੁੱਕੀ ਹੈ ਤੇ ਇੱਕ ਬੰਦਾ ਜਿਹੜਾ ਹੈ ਜੀ ਜ਼ਖਮੀ ਹੈ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਨੈਕਸਟ ਅਪਡੇਟ ਦੇ ਉੱਤੇ ਨੈਕਸਟ ਅਪਡੇਟ ਆਪਣਾ ਇਸ ਤਰ੍ਹਾਂ ਹੈ ਕਿ ਆਪਣੇ ਵਿਗਿਆਨ ਜਿੱਦਾਂ ਕੀ ਤਰੱਕੀ ਕਰ ਰਿਹਾ ਹੈ ਤੇ ਇਹਦੇ ਨਾਲ ਹੀ ਜਿਹੜਾ ਇਨਸਾਨ ਹੈ ਉਹ ਕੁਦਰਤ ਦੇ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ ਕਰ ਰਿਹਾ ਹੈ ਇਸ ਚੀਜ਼ ਦਾ ਜਿਹੜਾ ਰਿਜ਼ਲਟ ਹੈ ਜੂ ਮਿਲਣਾ ਬੰਦੇ ਨੂੰ ਸ਼ੁਰੂ ਹੋ ਚੁੱਕਾ ਹੈ ਫਿਰ ਵੀ ਜਿਹੜਾ ਆਦਮੀ ਹੈ ਜੀ ਇਹ ਕੰਮ ਕਰਨ ਤੋਂ ਬਾਝ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਚੀਨ ਦੇ ਵਿੱਚ ਹੋ ਰਿਹਾ ਹੈ ਚੀਨ ਦੇ ਵਿੱਚ ਸਭ ਤੋਂ ਪ੍ਰੇਤ ਹੋਇਆ ਇਸ ਤਰ੍ਹਾਂ ਕਿ 61 ਸਾਲਾਂ ਦੇ ਬਾਅਦ ਜਿਹੜੀ ਇਸ ਵਾਰ ਸਭ ਤੋਂ ਭਿਆਨਕ ਗਰਮੀ ਪਈ ਹੈ ਜਿਹਦੇ ਨਾਲ ਉੱਥੇ ਜਿਹੜੇ ਉੱਥੋਂ ਦੇ ਜਲ ਭੰਡਾਰ ਹਨ ਉਹਨਾਂ ਦੇ ਵਿੱਚ ਤੱਕ ਗਰਮੀ ਜਿਹੜਾ ਪਾਣੀ ਅੱਧਾ ਰਹਿ ਚੁੱਕਾ ਹੈ ਘਰਾਂ ਦੇ ਵਿੱਚ ਪਾਣੀ ਕਿਵੇਂ ਬਚਾਇਆ ਜਾਵੇ ਇਸ ਦੇ ਵਾਸਤੇ ਕੁਝ ਲੱਖਾਂ ਵੀ ਜਿਹੜੀਆਂ ਫੈਕਟਰੀਜ਼ ਵਗੈਰਾ ਸਨ ਉਹਨਾਂ ਨੂੰ ਪਿਛਲੇ ਹਫ਼ਤੇ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਜਿਵੇਂ ਹੀ ਟੈਂਪਰੇਚਰ ਜਿਹੜਾ 45 ਡਿਗਰੀ ਤੋਂ ਉੱਪਰ ਗਿਆ ਤੇ ਜਿਹੜੇ 에어 ਕੰਡੀਸ਼ਨਰ ਵਗੈਰਾ ਸਨ ਇਹਨਾਂ ਦੀ ਮੰਗ ਵੀ ਉੱਥੇ ਵਧ ਗਈ ਇਸ ਸਾਰੀ ਗੱਲ ਜਿਹੜੀ ਹੈ ਜੀ ਇਹ ਤਾਂ ਚਲੋ ਕੁਦਰਤੀ ਗੱਲ ਹੈ ਹੁਣ ਇਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਚਾਈਨਾ ਹੁਣ ਇਹ ਕਹਿ ਰਿਹਾ ਹੈ ਚੀਨ ਮਤਲਬ ਇਹ ਕਹਿ ਰਿਹਾ ਹੈ ਕਿ ਜਿਹੜਾ ਇਸ ਟਾਈਮ ਸੋਕਾ ਪੈ ਚੁੱਕਾ ਹੈ ਤੇ ਹੁਣ ਜਿਹੜਾ ਕੰਮ ਚੀਨ ਕਰੇਗਾ ਉਹ ਸੁਣ ਕੇ ਤੁਹਾਨੂੰ ਵੀ ਜਿਹੜਾ ਫਿਕਰ ਜ਼ਰੂਰ ਹੋਏਗਾ ਚੀਨ ਕਹਿ ਰਿਹਾ ਹੈ ਕਿ ਉਹ ਜਿਹੜੇ ਰਸਾਇਣ ਹਨ ਜਿੱਦਾਂ ਕਿ ਰਸਾਇਣ ਜਿਹਨੂੰ ਪਾ ਕੈਮੀਕਲ ਵਗੈਰਾ ਵੀ ਕਹਿੰਦੇ ਆ ਉਹ ਕਹਿੰਦਾ ਹੈ ਕਿ ਕੈਮੀਕਲ ਦੇ ਨਾਲ ਪਹਿਲਾਂ ਬਦਲ ਬਣਾਈ ਜਾਣਗੇ ਨਕਲੀ ਬਦਲ ਬਣਾਈ ਜਾਣਗੇ ਫਿਰ ਉਹਨਾਂ ਬਦਲਾਂ ਦੇ ਵਿੱਚੋਂ ਜਿਹੜਾ ਮੀਂਹ ਭਰਾਇਆ ਜਾਵੇਗਾ ਇਸ ਚੀਜ਼ ਦੀ ਜਿਹੜੀ ਕੋਸ਼ਿਸ਼ ਹੈ ਜੀ ਚਾਈਨਾ ਕਰੇਗਾ ਇੱਥੇ ਜਾਣਕਾਰੀ ਵਾਸਤੇ ਦੱਸ ਦਈਏ ਕਿ ਦਵਾਈ ਦੇ ਵਿੱਚ ਵੀ ਇਸੇ ਤਰ੍ਹਾਂ ਕੀਤਾ ਜਿਹੜੇ ਬੱਦਲ ਵਗੈਰਾ ਉੱਥੋਂ ਲੰਘਦੇ ਹਨ ਉਹਨਾਂ ਨੂੰ ਇਲੈਕਟ੍ਰੋਨਿਕਲੀ ਤਰੀਕੇ ਦੇ ਨਾਲ ਚਾਰਜ ਕਰ ਦਿੱਤਾ ਜਾਂਦਾ ਹੈ ਤੇ ਨਕਲੀ ਮੀਂਹ ਵਗੈਰਾ ਜਿਹੜਾ ਦਵਾਈ ਦੇ ਵਿੱਚ ਵੀ ਪਵਾਇਆ ਜਾਂਦਾ ਹੈ ਕੁਦਰਤ ਦੇ ਨਾਲ ਲੋਕ ਜਿਹੜੇ ਹਨ ਇਸ ਤਰ੍ਹਾਂ ਖੇਲਬਾੜ ਕਰ ਰਹੇ ਹਨ ਬਾਕੀ ਤੁਸੀਂ ਪਿਛਲੇ ਕੁਝ ਸਮੇਂ ਤੋਂ ਦੇਖ ਰਹੇ ਹੋ ਕਿ ਜਿਹੜਾ ਯੂਰੋ ਹੈ ਜੀ ਦਾ ਰੁਪਏ ਦੇ ਵਿੱਚ ਰੇਟ ਜਿਹੜਾ ਥੱਲੇ ਡਿੱਗ ਰਿਹਾ ਹੈ ਮਤਲਬ ਰੁਪਈਆ ਜਿਹੜਾ ਦਿਨ-ਪਰ-ਦਿਨ ਮਜ਼ਬੂਤ ਹੋ ਰਿਹਾ ਹੈ ਤੇ ਜਿਹੜਾ ਯੂਰੋ ਹੈ ਉਹਦਾ ਰੇਟ ਕਮਜ਼ੋਰ ਪੈ ਰਿਹਾ ਹੈ ਕਿਉਂਕਿ ਇੱਕ ਟਾਈਮ ਇਹੋ ਜਿਹਾ ਵੀ ਸੀ ਜਦੋਂ ਯੂਰੋ ਦਾ ਰੇਟ ਜਿਹੜਾ ਸੀ 95 ਰੁਪਏ ਤੱਕ ਹੁੰਦਾ ਇਸ ਤਰ੍ਹਾਂ ਹੈ ਕਿ ਦੋ ਸਿੱਕੇ ਦੇ ਜਿਵੇਂ ਪਾਸੇ ਹੁੰਦੇ ਨੇ ਇਸੇ ਤਰ੍ਹਾਂ ਜਿਹੜਾ ਯੂਰੋ ਔਰ ਰੁਪਏ ਦਾ ਸਾਕਤਬ ਚੱਲਦਾ ਹੈ ਜਦੋਂ ਯੂਰੋ ਦਾ ਰੇਟ ਘਟਦਾ ਹੈ ਤਾਂ ਉਸ ਟਾਈਮ ਕੀ ਹੁੰਦਾ ਹੈ ਕਿ ਜਿਹੜੇ ਲੋਕ ਇਟਲੀ ਦੇ ਵਿੱਚ ਰਹਿੰਦੇ ਹਨ ਜਾਂ ਯੂਰਪੀ ਦੇਸ਼ਾਂ ਵਿੱਚ ਰਹਿੰਦੇ ਹਨ ਉਹਨਾਂ ਦੇ ਜਿਹੜੇ ਜਿਹੜੇ ਮਜੂਦ ਹੋ ਜਾਂਦੇ ਹਨ ਕਿਉਂਕਿ ਉਹ ਜਿਸ ਟਾਈਮ ਇੰਡੀਆ ਨੂੰ ਪੈਸੇ ਭੇਜਦੇ ਹਨ ਤਾਂ ਉਹਨਾਂ ਦੇ ਜਿਹੜੇ ਪੈਸੇ ਘੱਟ ਬਣਦੇ ਹਨ ਦੂਜੇ ਨੰਬਰ ਤੇ ਯੂਰੋ ਦਾ ਅਗਰ ਰੇਟ ਘਟਦਾ ਹੈ ਤਾਂ ਜਿਹੜਾ ਇੰਡੀਅਨ ਬੰਦਾ ਹੈ ਜੀ ਉਹ ਕੁਦਰਤੀ ਤੌਰ ਤੇ ਅਮੀਰ ਹੋ ਜਾਂਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਜਦੋਂ ਤੁਸੀਂ 1000 ਯੂਰੋ ਜੇ ਤੁਸੀਂ ਜੀ ਇੰਡੀਆ ਭੇਜਦੇ ਹੋ ਤਾਂ ਉਹ ਜਦੋਂ ਕਿ 95000 ਰੁਪਈਆ ਬਣਦਾ ਸੀ ਜਦੋਂ 95 ਰੇਟ ਚੱਲ ਰਿਹਾ ਸੀ ਤੇ ਹੁਣ ਜੇ 77 78 ਰੁਪਈਆ ਰੇਟ ਚੱਲ ਰਿਹਾ ਤੇ ਇਸ ਦਾ ਮੁੱਲ 77 78000 ਰੁਪਈਆ ਜਿਹੜਾ ਹੈ ਜੀ ਇੱਕ ਯੂਰੋ ਦੇ ਬਰਾਬਰ 1000 ਯੂਰੋ ਦੇ ਬਰਾਬਰ ਬਣਦਾ ਹੈ ਅਗਰ ਤੁਸੀਂ ਉੱਥੋਂ 77 78000 ਰੁਪਈਆ ਲੈ ਕੇ ਇਟਲੀ ਦੇ ਵਿੱਚ ਆਉਂਦੇ ਹੋ ਤਾਂ ਤੁਹਾਡਾ 1000 ਯੂਰੋ ਬਣ ਜਾਂਦਾ ਹੈ ਜਿੰਨਾਂ ਲੋਕਾਂ ਨੇ ਇੱਥੇ ਮਕਾਨ ਵਗੈਰਾ ਖਰੀਦਣਿਆਂ ਉਹਨਾਂ ਲੋਕਾਂ ਦੇ ਵਾਸਤੇ ਜਿਹੜਾ ਯੂਰੋ ਦਾ ਘ ਤੇ ਜਿਹਨਾਂ ਲੋਕਾਂ ਨੇ ਮਕਾਨ ਇੰਡੀਆ ਦੇ ਵਿੱਚ ਬਣਾਉਣੇ ਹਨ ਜਿਮੇਂ ਜਾਇਦਾਦ ਇੰਡੀਆ ਦੇ ਵਿੱਚ ਖਰੀਦਣੀ ਹੈ ਉਹਨਾਂ ਦੇ ਵਾਸਤੇ ਜਿਹੜਾ ਇਹ ਕੰਮ ਬਹੁਤ ਮਾੜਾ ਹੈ ਇਸ ਤਰ੍ਹਾਂ ਕੰਮ ਇੱਕ ਹੀ ਹੋਇਆ ਹੈ ਪਰੰਤੂ ਲੋਕਾਂ ਦਾ ਜਿੱਦਾਂ ਕਿ ਕਿਸੇ ਨੂੰ ਇਸ ਦੇ ਵਿੱਚ ਫਾਇਦਾ ਹੋਇਆ ਹੈ ਤੇ ਕਿਸੇ ਨੂੰ ਨੁਕਸਾਨ ਬਾਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਬੇਨਤੀ ਜ਼ਰੂਰ ਕਰ ਦਈਏ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਬਾਕੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬ